ਬਚਪਨ ਦੇ ਵਿੱਚ ਉਹਦਾ ਬਾਪ ਸੀ ਹਰਨਾਥ ਚ, ਉਹ ਰੱਬ ਨੂੰ ਨਹੀਂ ਮੰਨਦਾ, ਰੱਬ ਨੂੰ ਨਹੀਂ ਮੰਨਦਾ ਤੇ ਇਹ ਜਮਾਂਦਰੂ ਪਿਛਲੇ ਜਨਮ ਦਾ ਭਗਤ ਬੱਚੇ ਹੁੰਦੇ ਸੀ ਉਹ ਰੱਬ ਭਗਤੀ ਕਰਦਾ ਸੀ, ਰੱਬ ਰੱਬ ਕਰਦਾ ਸੀਗਾ ਤੇ ਉਹ ਬਾਪ ਕਹਿੰਦੇ ਸੀ ਰੱਬ ਕੋਈ ਨੀ ਹੈ, ਮੈਂ ਰੱਬ ਹੈ, ਤੂੰ ਮੈਨੂੰ ਮੰਨ, ਮੇਰਾ ਨਾਮ ਜਪ। ਤੇ ਉਹ ਕਹਿੰਦਾ ਸੀ ਮੈਂ ਮੇਰਾ ਰੱਬ ਹੋਰ ਹੈ। ਉਹਨੇ ਉਸਨੂੰ ਦਿਖਾ ਕਿੱਥੇ ਰੱਬ ਹੈ ਤੇਰਾ, ਤੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾ ਜਿਹੜਾ ਤੰਗ, ਉਹਨੂੰ ਪਾਣੀ ਸੁੱਟਿਆ, ਕਿਆ ਕੁਛ, ਬਹੁਤ ਕੁਛ ਕੀਤਾ। ਫਿਰ ਉਹਨੂੰ ਅੱਗ ਚਿਖਾ ਬਣਾ ਕੇ ਉਹਦੇ ਚ ਬਿਠਾ ਦਿੱਤਾ ਵੀ ਤੇਰਾ ਦੇਖਣਾ, ਤੇਰੇ ਰੱਬ ਤੈਨੂੰ ਬਚਾਉਂਦਾ ਕਿਉਂ, ਕਿਸੇ ਨੇ ਕਹਾਣੀਆਂ। ਖੈਰ ਅੱਗ ਵਿੱਚ ਉਹਨੂੰ ਬਿਠਾਇਆ ਗਿਆ ਪਰ ਉਹਨੇ ਆਪਣੇ ਰੱਬ ਦਾ ਧਿਆਨ ਕੀਤਾ, ਅੱਗ ਸੜ ਗਈ ਪਰ ਉਹਨੂੰ ਕੁਛ ਨਹੀਂ ਹੋਇਆ। ਅੱਗ ਹੁਣ ਅੱਜ ਆਪਾਂ ਠੰਡ ਤੇ ਅੱਗ ਅੱਗ ਬਾਣੀ ਵਿੱਚ ਜਿਹਨੂੰ ਅੱਗ ਲਿਖਿਆ ਇਹਦੀ ਬਾਬਤ ਵਿਚਾਰ ਕਰਦੇ ਹਾਂ। ਬਾਣੀ ਚ ਲਿਖਿਆ ਕਿ ਗੁੱਜੇ ਪਾਏ ਜਲੇ ਸੰਸਾਰ, ਜਲੇ ਜਲ ਰਿਹਾ ਗੁੱਜਾ, ਯਾਨੀ ਉਹ ਅੱਗ ਦਿਸਦੀ ਨੀ ਅੱਖਾਂ ਨਾਲ, ਗੁੱਜੀ ਲੱਗੀ ਹੋਈ ਸਾਰਿਆਂ ਦੇ, ਕਿੱਥੇ ਲੱਗੀ, ਕੱਪੜਿਆਂ ਨੂੰ ਨਹੀਂ, ਸਰੀਰ ਨੂੰ ਨਹੀਂ, ਮਨ ਨੂੰ। ਗੁੱਜੇ ਪਾਏ ਜਲੇ ਸੰਸਾਰ, ਫਿਰ ਉਹਦੇ ਇੱਕ ਦੋ ਨੀ ਗਿਣੇ, ਸਾਰਾ ਸੰਸਾਰ, ਸਾਰਾ ਸੰਸਾਰ ਹੀ ਗੁੱਜੇ ਪਾਏ ਜਲੇ ਸੰਸਾਰ। ਮੈਨੂੰ ਬਹੁਤ ਲੋਕਾਂ ਨਾਲ ਵਾਹ ਪਿਆ ਹੈ, ਅਜੇ ਡਾਕਟਰ ਸਤਸੰਗ ਮੈਂ ਦੇਖਿਆ ਕਿ ਕੋਈ ਇਨਸਾਨ ਮੇਰੇ ਆ ਕੇ ਮੈਂ ਜਿਹੜਾ ਆਇਆ ਉਹਨਾਂ 'ਚ ਕੋਈ ਇਨਸਾਨ ਨਹੀਂ ਕਿ ਐਸਾ ਛੱਤ ਜਾਤਾ ਤੱਕ ਕਹਿ ਸਕਦਾ ਕਿ ਮੈਂ ਠੰਡਾ ਖਾ ਰਿਹਾ। ਮੇਰੇ ਅੰਦਰ ਕੋਈ ਕਿਸੇ ਕਿਸਮ ਦੀ ਅੱਗ ਨਹੀਂ, ਹਰ ਇੱਕ ਦੇ ਅੰਦਰ, ਖਾਂਦਿਆਂ ਪੀਂਦਿਆਂ, ਬਾਦਸ਼ਾਹਾਂ ਦੇ ਅੰਦਰ, ਰਾਜਿਆਂ ਦੇ ਅੰਦਰ, ਅਮੀਰਾਂ ਦੇ ਅੰਦਰ, ਗਰੀਬਾਂ ਦੇ ਅੰਦਰ, ਸਾਰਿਆਂ ਦੇ ਵਿੱਚ ਅੱਗ ਹੈਗੀ। ਕਾਹਦੀ ਫਿਕਰ, ਚਿੰਤਾ, ਈਰਖਾ, ਦਵੈਖ, ਸਾਰਾ ਜਿਲ ਸੀ, ਸਾਰਾ ਹੋਰ ਕਿੰਨੇ ਕਿਸਮ ਦੇ ਨਿੱਕੇ ਨਿੱਕੇ ਇਹ ਭਾਵਨਾ ਜਿਹੜੀਆਂ ਹੈਗੀਆਂ ਨਾ, ਤੇ ਇਹ ਖਿੱਚਣਾ, ਕ੍ਰੋਧ, ਕਾਮ ਕ੍ਰੋਧ, ਲੋਭ ਹੰਕਾਰ, ਸਾਰਿਆਂ ਦੀ ਅੱਗ ਇੱਕ ਅੱਗ ਨਹੀਂ ਹੈ। ਔਰ ਹਰੇਕ ਦੀ ਲਾਟ ਅਲਹਿਦਾ ਅਲਹਿਦਾ ਰੰਗਤ ਹੈ, ਅਲਹਿਦਾ ਰੰਗਤ ਹੈਗੀ। ਔਰ ਇਹ ਅੱਗ ਜਿਹੜੀ ਹੈ ਇਹ ਐਸੀ ਹੈ, ਹੋਰ ਅੱਗ ਨੂੰ ਤੁਸੀਂ ਬੁਝਾ ਦਿਓਗੇ, ਇਹ ਅੱਗ ਬੁਝਦੀ ਨਹੀਂ ਹੈ, ਇਹਦੇ ਸਵਿੱਚ ਹੈ ਨਹੀਂ ਬੁਝਾਉਣ ਵਾਲੀ, ਲਾ ਤਾਂ ਲਈ ਹੈ ਪਰ ਆਫ ਕਰਨ ਦੀ ਸਵਿੱਚ ਹੈ ਨਹੀਂ। ਤੇ ਫਿਰ ਇਹਦਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ, ਵੰਡਰਫੁਲ, ਇਹ ਤਾਂ ਪਤਾ ਨਹੀਂ, ਕੋਈ ਮੰਨਣ ਨੂੰ ਤਿਆਰ ਨਹੀਂ ਹੈ ਕਿ ਮੇਰੇ ਅੰਦਰ ਅੱਗ ਲੱਗੀ। ਸਿਰਫ ਉਹ ਕਹਿਣਗੇ ਕਿ ਮੇਰੇ ਅੰਦਰ ਅੱਗ ਲੱਗੀ ਜਿਹਨਾਂ ਨੇ ਮਾੜੀ ਠੰਡ ਦੇਖੀ ਹੋਵੇ, ਜਿਹਨਾਂ ਦੇ ਹਿਰਦਿਆਂ ਨੇ, ਉਹ ਮਾੜੀ ਠੰਡ ਕਿੱਥੋਂ ਮਿਲਦੀ ਹੈ, ਉਦੋਂ ਜਦੋਂ ਕਿਤੇ ਸਤਸੰਗ ਚਾਹੁੰਦਾ, ਜਦੋਂ ਉਹਦਾ ਮਨ ਜਿਹੜੀ ਉਹਦੀ ਆਤਮਾ ਮਾੜੀ ਠੰਡ ਪੈਂਦੀ ਹੈ, ਉਦੋਂ ਮਹਿਸੂਸ ਕਰਦਾ ਹਾਂ ਭਾਈ ਮੈਂ ਸਤਸੰਗ ਤੇ ਗਿਆ ਸੀਗਾ, ਉਹ ਤਾਂ ਸਦੇ ਹੈ ਨਾ, ਜੇ ਤੁਸੀਂ ਸ਼ਿਮਲੇ ਜਾਓਗੇ, ਉਹ ਪਹਾੜਾਂ ਤੇ ਜਾਓਗੇ, ਉੱਥੇ ਠੰਡ ਆਊਗੀ, ਤੇ ਉਹ ਜਿਹਨੇ ਸ਼ਿਮਲਾ ਦੇਖਿਆ ਹੀ ਨਹੀਂ ਹੈ, ਜਿਹੜੇ ਪੰਜਾਬ ਦੇ ਮੈਦਾਨਾਂ ਦੀ ਸਖ਼ਤ ਗਰਮੀ 'ਚ ਲੋਹਾਂ 'ਚ ਗੁਜ਼ਾਰਾ ਕਰ ਰਿਹਾ, ਉਹਨੂੰ ਉਸ ਠੰਡ ਦਾ ਕੋਈ ਪਤਾ ਨਹੀਂ। ਜਾਂ ਇੱਕ ਦਫ਼ਾ ਜਾਏ ਉਹ ਤਾਂ ਉੱਥੋਂ ਆਏਗਾ, ਤੜਫੇਗਾ ਕਿ ਮੈਂ ਛੇਤੀ ਉਸ ਠੰਡ 'ਚ ਜਾਵਾਂ। ਇਸ ਠੰਡ ਦਾ ਕੀ ਸਭ ਤੋਂ ਹੈਰਾਨੀ ਵਾਲੀ ਇਹੀ ਗੱਲ ਹੈ ਕਿ ਸਾਨੂੰ ਅੱਗ ਲੱਗੀ ਹੈ, ਇੱਕ ਕਿਸਮ ਦੀ ਨਹੀਂ, ਅਨੇਕਾਂ ਕਿਸਮਾਂ ਦੀ। ਔਰ ਇਹ ਅੱਗ ਲੱਗੀ ਹੋਈ ਪਰ ਪਤਾ ਨਹੀਂ, ਮੰਨਦੇ ਵੀ ਨਹੀਂ। ਉਹ ਸਾਡੇ ਨਾਲ ਤੇ ਉਹ ਹਾਲਤ ਹੋਈ ਹੈ, ਜਿਹੜੀ ਘਰ ਦੀ ਲੜਕੀ ਕਿਸੇ ਚਮਿਆਰਾਂ ਦੇ ਵਿਆਹੀ ਗਈ, ਤੇ ਉਹ ਜਦੋਂ ਉਹਦੇ ਘਰ ਵੜੀ ਤਾਂ ਉਹ ਕੋਈ ਲੰਮਾ ਜਿਹਾ ਕੋਠਾ ਜਿਹਾ ਗਰੀਬ ਹੁੰਦੇ ਚਮਿਆਰ, ਬਹੁਤ ਬੜੀ ਆਉਂਦੀ ਹੈ, ਉਹ ਸੱਸ ਕਹਿੰਦੀ ਕੋਈ ਨੀ ਹਾਜੂਗੀ ਉਹਨੂੰ, ਉਹ ਮੂਹਰੇ ਪਾਉਣ ਦੀ ਬਜਾਏ ਆਪ ਉੱਥੇ ਪਾਉਣ ਦੀ ਬਜਾਏ ਉਹਦਾ ਮੰਜਾ ਪਿੱਛੇ ਕਰਦਾ ਜਿੱਥੇ ਖੱਲਾਂ ਪਈਆਂ ਹੁੰਦੀਆਂ, ਬਹੁਤੀ ਗੰਦ ਜਿੱਥੇ ਪਿਆ ਹੁੰਦਾ ਸੀ ਨਾ ਉੱਥੇ ਖੱਲਾਂ 'ਚ ਉਹਦਾ ਮੰਜਾ ਕਰ ਦਿੱਤਾ, ਤਾਂ ਕਿ ਉੱਥੇ ਖੱਲਾਂ 'ਚ ਦੋ ਚਾਰ ਦਿਨ ਬੋਲਦੇ ਰਹਿਣ, ਨੱਕ ਮਾਰੇ ਨੱਕ ਮਾਰੇ ਜਿੱਥੇ ਬੋ ਜਾ ਉਹ ਹਟ ਜੂਗੀ, ਇਹਨੂੰ ਬਦਬੋ ਨਹੀਂ ਆਏਗੀ, ਸਾਡੀ ਹਾਲਤ ਇਹਦਾ ਮਤਲਬ ਇਹ ਨਹੀਂ ਹੈ ਕਿ ਬਦਬੂ ਹਟ ਗਈ ਹੈ, ਨਹੀਂ, ਉਹਦਾ ਨੱਕ ਜਿਹੜੀ ਸੂਣ ਸ਼ਕਤੀ ਹੈ
ਓਵਰਵੈਲਮ ਹੋ ਤੇ ਕਵਰਿੰਗ ਆ ਗਈ ਤੇ ਹੁਣ ਉਹਨੂੰ ਅਸਰ ਨਹੀਂ ਇਮਿਊਨ ਹੋ ਗਈ। ਬਸ ਆਹੀ ਹਾਲ ਸਾਡਾ, ਅਸੀਂ ਇਮਿਊਨ ਹੋਏ ਹਾਂ ਸਾਰਿਆਂ ਦੇ ਅੰਦਰ। ਕੋਈ ਆਦਮੀ ਨਹੀਂ ਕਹਿ ਸਕਦਾ ਕਿ ਮੈਨੂੰ ਅੱਗ ਕੋਈ ਨਹੀਂ ਲੱਗੀ। ਕਿਉਂ? ਕਾਮ ਕਰੋ ਮੋਹ ਲੋਭ ਹੰਕਾਰ ਸਾਰਿਆਂ ਚ, ਈਰਖਾ ਦਵਾਈ ਖਾਰਿਆਂ, ਜੈਲਸੀ ਸਾਰਿਆਂ ਚ, ਕੁੜਨਾ ਸੜਨਾ ਸਾਰਾ ਦਿਨ, ਨਿੱਕੀ ਨਿੱਕੀ ਗੱਲ ਫਿਕਰ ਚਿੰਤਾ ਸਭ ਅੱਗ ਹੈ। ਹੁਣ ਆਪਾਂ ਸੋਚੀਏ ਇਹ ਅੱਗ ਪਹਿਲਾਂ ਆਪੋ ਆਪਣੇ ਹਿਰਦੇ ਚ ਪੜ੍ਹ ਕੇ ਦੇਖੋ ਕਿੰਨੀ ਅੱਗ ਲੱਗੀ ਹੈ। ਤੁਸੀਂ ਮੰਨੋ ਨਾ, ਮੈਂ ਨੀ ਕਹਿੰਦਾ ਕਿ ਤੁਸੀਂ ਲਿਖ ਕੇ ਦਿਓ ਕਿ ਮੰਨੋ, ਆਪਣੇ ਆਪ ਦੇਖੋ ਅੱਗ ਹੈਗੀ ਕਿ ਨਹੀਂ, ਔਰ ਕਿੰਨੇ ਕਿਸਮ ਦੀ ਹੈ। ਇੱਕ ਕਿਸਮ ਦੀ ਨੀ, ਕਿੰਨੇ ਕਿਸਮ ਦੀ ਹੈ। ਸ਼ੁਕਰ ਹੈ, ਸ਼ੁਕਰ ਅੱਛਾ ਮੰਨ ਗਿਆ। ਸੁਣੋ, ਜਿਹਨੂੰ ਇਹ ਪਤਾ ਲੱਗਿਆ ਕਿ ਮੈਨੂੰ ਆਹ ਬਿਮਾਰੀ ਹੈਗੀ, ਉਹ ਤਾਂ ਭੱਜ ਫਿਰੂਗਾ, ਇਲਾਜ ਕਰਦਾ ਫਿਰੂਗਾ ਨਾ। ਜਿਹਨੂੰ ਪਤਾ ਹੀ ਨਹੀਂ ਹੈ ਕਿ ਨਹੀਂ ਮੈਂ ਤਾਂ ਚੰਗਾ ਭਲਾ, ਪਰ ਹਕੀਮ ਨੂੰ ਪਤਾ ਹੁੰਦਾ ਕਿ ਬਿਮਾਰ ਹੈਗਾ, ਪਰ ਇਹ ਮੰਨਦਾ ਨਹੀਂ ਹੈ। ਜਿਹਨਾਂ ਚ ਮੰਨਦਾ ਨਹੀਂ ਹੈ, ਜਿਹਨਾਂ ਚ ਕਿ ਮੇਰੇ ਅੰਦਰ ਬਿਮਾਰੀ, ਉਹ ਇਲਾਜ ਨਹੀਂ ਹੋਏਗਾ। ਆਹ ਹਾਲਤ ਸਾਰੀ ਦੁਨੀਆ ਦਾ, ਦੁਨੀਆ ਅੰਦਰ ਅੱਗ ਲੱਗੀ ਹੋਈ ਹੈ। ਕਿਸ ਤਰ੍ਹਾਂ ਦੀ ਅੱਗ ਲੱਗੀ ਹੈ? ਤਬ ਦੇਖ ਵਾਲੀ, ਤਬ ਦੇਖ ਦੇ ਵਿੱਚ ਬੁਖਾਰ ਚੜਿਆ ਰਹਿੰਦਾ ਹੈ ਤੇ ਉਹ ਕਹਿੰਦਾ ਨਹੀਂ, ਉਸਦਾ ਕੰਮ ਕਰਦਾ ਨਹੀਂ, ਮੰਦਾ ਹੀ ਸਾਰੇ ਕੰਮ ਕਰਦਾ ਰਹਿੰਦਾ। ਇਹ ਤਬ ਦੇਖ ਹੈ, ਇਹ ਕਾਹਦੀ, ਇਹ ਉਹ ਤਬ ਦੇਖ ਦਾ ਇੱਕ ਕਿਸਮ ਦੀ ਬਿਮਾਰੀ ਹੈ, ਇੱਕ ਜਨਮ ਹੈ, ਇੱਕ ਨਹੀਂ ਜਨਮ। ਤੇ ਸੁਣੋ, ਠੀਕ ਪ੍ਰਹਿਲਾਦ ਜੀ ਅੱਗ ਵਿੱਚ ਬੈਠ ਕੇ ਠੰਡੇ ਠਾਰ ਨਹੀਂ ਹੋਣਗੇ, ਜ਼ਰੂਰ ਜੋ ਗੁਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਪਾਈ। ਉਹਦੇ ਉਹਦੇ ਚੁਗਰ ਅੱਗ ਤਿਆਰ ਬੈਠਿਆ, ਪਰ ਅੱਗ ਦੇ ਵਿੱਚ ਉਹਦੇ ਉਦਾਰੇ ਰਾਮ ਕਾਰਨਾਂ ਨੇ ਇੱਕ ਸਰਕਲ ਬਣਿਆ ਸੀ, ਔਰਾ ਬਣਿਆ ਸੀ ਤੇ ਉਹਨੂੰ ਅੱਗ ਵਿੱਚ ਪੁੱਜ। ਦੇਖੋ ਆਪਾਂ ਇਸ ਆਪਣੇ ਆਪ ਨੂੰ ਇਹਦਾ ਕੰਪੇਅਰ ਕਰਨਾ ਕਿ ਅਸੀਂ ਕਿੱਥੇ ਖਲੋਤੇ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ, ਛੋਲੇ ਛੋਲੇ ਕਹਿੰਦੇ ਫਲੇਮ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ। ਜਿਹਨਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੈ, ਉਹ ਉਹਨਾਂ ਫਿਕਰ ਚਿੰਤਾ ਤਾਂ ਹੈ ਨਹੀਂ, ਪਰ ਉਹਨਾਂ ਨੂੰ ਈਰਖਾ ਦਵੈਖ ਗਿਣਤੀ ਮਿਣਤੀ ਹਿਸਾਬ, ਇੱਧਰ ਇੰਨਾ ਨੁਕਸਾਨ ਹੋ ਗਿਆ, ਇੱਧਰ ਇੰਟਰਸਟ ਘੱਟ ਆਇਆ, ਉੱਧਰ ਆਇਆ ਹੋਇਆ, ਉਹਦਾ ਫਿਕਰ ਲੱਗਿਆ ਵੀ ਮੈਂ ਇੱਥੇ ਕਰਦਾ, ਇੱਥੇ ਸਟਾਕ ਖਰੀਦਦਾ ਤੇ ਮੈਨੂੰ ਜ਼ਿਆਦਾ ਹੋਣਾ ਸੀ, ਲਾਇਆ ਤਾਂ ਕਰ ਗਿਆ, ਹੁਣ ਦੱਸਿਆ ਉੱਧਰ ਫਿਰ ਸੋਨਾ ਖਰੀਦਣ ਲੱਗੇ, ਜੇ ਉਹ ਖਰੀਦ ਪੈਂਦੇ ਉਹ ਫਿਕਰ ਲੱਗ ਜਾਣਾ, ਜੋ ਵੀ ਅੱਗ ਲੱਗ ਜਾਣੀ, ਹਿਸਾਬ ਕਿਤਾਬ ਜਿਹੜੇ ਹੈ ਨਾ ਇਹ ਵੀ ਅੱਗ ਹੀ ਹੈ। ਦੇਖੋ ਕਾਹਦੀ ਅੱਗ ਹੈ? ਮਾਇਆ ਵੱਲੋਂ ਸੁਖੀ ਹੈ ਤੇ ਉਹਨਾਂ ਨੂੰ ਵੀ ਈਰਖਾ ਦਵੈਕ ਗਿਣਤੀ ਮਿਣਤੀ ਹਿਸਾਬ ਸ਼ੰਕੇ ਡਾਊਟ ਆਦਿ ਅੰਦਰ ਹੋਰ ਇਹ ਜੇ ਹੋਰ ਅਨੇਕਾਂ ਅੰਦਰ ਦੇ ਭਾਂਬੜਾਂ ਨਾਲ ਉਹ ਜਲ ਰਹੇ ਹਨ। ਤੁਸੀਂ ਕੈਨੇਡਾ ਵਿੱਚ ਚੰਗੇ, ਤੁਹਾਨੂੰ ਪੈਸੇ ਤਾਂ ਬਥੇਰੇ ਆਉਂਦੇ ਆ, ਪਰ ਐਸ ਇਹਨਾਂ ਤੋਂ ਖਾਲੀ ਕੋਈ ਵੀ ਨਹੀਂ ਹੈ। ਮੈਂ ਫਿਰ ਗਿਣ ਈਰਖਾ ਦੁਹੈਖ ਗਿਣਤੀ ਮਿਣਤੀ ਹਿਸਾਬ ਸ਼ੰਕੇ ਤੇ ਪੰਜੇ ਆਦਿ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਜਿਹਨਾਂ ਦੇ ਪੈਸੇ ਹੈਗੇ, ਜਿਹਨਾਂ ਸੋਹਣਾ ਸਿਤਾਰਾ ਹੈ। ਬੇਯਕੀਨੀ ਬੇਸਿਦਕੀ ਦੀ ਭਾਂਬੜਤਾ ਰੂਹ ਨੂੰ ਚਿਮਟੀ ਹੋਈ ਹੈ ਉਹਨਾਂ ਕਿਸੇ ਤੇ, ਅਗਰ ਰੱਬ ਕਿਹੜਾ ਅਸੀਂ ਤਾਂ ਮੌਜਾਂ ਮਾਰਦੇ ਹਾਂ, ਲੈ ਸ਼ਰਦਾ ਦਰਾਂ ਤੋਂ ਸ਼ਰਾਬ ਪੀਤੀ ਤੇ ਕਲਬਾਂ ਚ ਗਏ, ਉਹ ਰੱਬ ਤੋਂ ਬੇਮੁੱਖ ਹੋਇਆ, ਰੱਬ ਤੇ ਯਕੀਨ ਨਹੀਂ ਹੈ ਉਹਨੂੰ, ਉਹ ਰੱਬ ਤੇ ਕੀ ਯਕੀਨ ਹੈ ਉਹਨੂੰ, ਆਪਣੇ ਆਪ ਤੇ ਯਕੀਨ, ਜੇ ਰੱਬ ਤੇ ਯਕੀਨ ਨਹੀਂ ਕਰ ਸਕਦਾ ਉਹਨੂੰ ਆਪਣੇ ਆਪ ਤੇ ਯਕੀਨ ਨਹੀਂ, ਉਹਨੂੰ ਵੋਟ ਦੀ ਯਕੀਨ ਨਹੀਂ, ਮੁੰਡੇ ਤੇ ਯਕੀਨ ਨਹੀਂ, ਗੁਆਂਢੀ ਯਕੀਨ ਨਹੀਂ, ਕਿਵੇਂ ਯਕੀਨ ਨਹੀਂ? ਬੇਸਿਦਕੀ ਬੇਯਕੀਨੀ ਦੀ ਭਾਂਬੜਤਾ ਰੂਹ ਨੂੰ ਚਿਮਟੀ ਹੋਈ ਹੈ। ਜੜਾਂ ਉਹਨਾਂ ਦੀਆਂ ਸੁਰਤ ਦੀਆਂ ਜੜਾਂ, ਮਨ ਦੀਆਂ ਜੜਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਕੇ ਸੁੱਕ ਗਈਆਂ ਹਨ, ਕਿਉਂਕਿ ਜਿਹੜੀ ਆਹ ਬੂਟਾ ਜਿੰਨਾ ਚਿਰ ਇਹ ਜ਼ਮੀਨ ਵਿੱਚ ਗੱਡਿਆ ਹੋਇਆ ਹੈਗਾ, ਇਹ ਜ਼ਮੀਨ ਵਿੱਚ ਗੱਡੇ ਹੈ ਬੂਟੇ ਨੂੰ ਇੱਕ ਜੀਵਨ ਰੌਂ ਲਾਈਫ ਸਟ੍ਰੀਮ ਮਿਲ ਰਹੀ ਹੈ,
ਕੰਸਟੈਂਟਲੀ ਮਿਲਦੀ, ਦਿਨ ਰਾਤ ਮਿਲਦੀ ਹੈ। ਉਹ ਜੀਵਨ ਰਹੋ ਮਿਲਣ ਨਾਲ ਉਹ ਹਰਿਆ ਭਰਿਆ, ਉਹਨੂੰ ਇੱਕ ਇੱਕ ਮਿੰਟ ਮਿੰਟ ਵਿੱਚ ਖੁਰਾਕ ਮਿਲ ਰਹੀ ਹੈ, ਨਰਿਸ਼ਮੈਂਟ ਮਿਲ ਰਹੀ ਹੈ, ਤੇ ਉਹ ਪ੍ਰਫੁੱਲਿਤ ਹੈ, ਖੜਾ ਹੈ, ਹਰਾ ਹੈ। ਉਹਨੂੰ ਜ਼ਮੀਨ ਚ ਪੱਟ ਦਿਓ, ਪੱਟ ਕੇ ਬਾਅਦ ਜੜਾਂ ਬਾਹਰ ਨਿਕਲ ਰਹੇ ਉਹਦੀਆਂ, ਤੇ ਉਹ ਸੁੱਕ ਜਾਏਗਾ, ਸੁੱਕੇਗਾ ਕੀ ਤੇ ਉੱਡ ਜਾਏਗਾ, ਜਾਂ ਬਕਰ ਕੇ ਅਸੀਂ ਗਾਰਬੇ ਸੁੱਟ ਜਾਂਗੇ, ਜਾਂ ਅੱਗੇ ਸੰਜਲਾ ਲਾਂਗੇ।